ਸਾਨੂੰ ਇਹ ਫੀਲ ਹੋਇਆ ਕਿ ਸਾਡੀ ਭੈਣ ਸਾਡਾ ਪਨਵਾਈਆ ਸਾਨੂੰ ਭੈਣ ਨਾਲੋਂ ਸ਼ਰਾਫਤ ਜ਼ਿਆਦਾ ਸੀ ਜੋ ਅਸੀਂ ਸਵੇਰ ਭੈਣਾ ਦੋਵੇਂ ਪਹਿਲਾਂ ਅਸੀਂ ਗਈਆਂ ਕਮਰੇ ਚ ਕਿ ਬਹੁਤ ਬੋਲੀਆਂ ਪਾ ਰਹੇ ਨੇ ਨਾਨਕੇ ਮਜ਼ਾਕ ਵਡਾ ਰਹੇ ਨੇ ਰਾਸਤੇ ਚ ਗੁਜ਼ਰਨੇ ਆ ਤੇ ਬੜੇ ਮਜ਼ਾਕ ਕਰਦੇ ਨੇ న్యూਸ ਟੂਡੇ ਕੀ ਵੀਡੀਓਜ਼ ਦੇਖਣੇ ਲਈ ਹਮਾਰਾ ਚੈਨਲ ਸਬਸਕ੍ਰਾਈਬ ਕੀਜੀਏ ਯਹਾਂ ਮੇਰੇ ਸਾਥੋਂ ਦਾਸਰਾ ਫੈਮਲੀ ਮੌਜੂਦ ਹੈ ਉਨਸੇ ਅੱਜ ਜਾਣਤੇ ਹਨ ਕਬਰ ਕੁਸ਼ਾਈ ਹੋਈ ਹੈ ਤਾਂ ਕੀ ਕਹਤੇ ਹਨ ਜੀ ਅੱਜ ਕਬਰ ਕੁਸ਼ਾਈ ਹੋਈ ਹੈ ਤਾਂ ਕੀ ਕਹੇਂਗੇ ਆਜ ਆਪ ਕਬਰ ਖੁਸ਼ ਆਈ ਹੋਈ ਭਾਈ ਅਸੀਂ ਇਹ ਕੰਗ ਸੰਨ ਨੂੰ ਸਾਫ ਮਿਲੇ ਕਿ ਸਾਡੀ ਰਿਪੋਰਟ ਨਾ ਵਿਕੇ ਅਸੀਂ ਇਹਨਾਂ ਸੜਕਾਂ 'ਚ ਰੋਲ ਗਿਆ ਹੈ ਮੇਰਾ ਭਾਈ ਰੋਲ ਗਿਆ ਹੈ ਸਾਡੇ ਮੇਰੇ ਭਾਈ ਦੇ ਨੇ ਅਮਦਨੀ ਨਹੀਂ ਹੈ ਕਿ ਉਹ ਰਿਪੋਰਟ ਖਰੀਦ ਸਕੇ ਮੇਰੇ मामੂ ਨੇ ਅੱਨਾ ਕਲ ਪੈਸਾ ਹੈ ਅਸੀਂ ਬਸ ਇਹ ਸਾਡੀ ਪੀ ਲੈ ਕੇ ਸਾਡੀ ਰਿਪੋਰਟ ਨਾ ਵਿਕੇ ਆਪਕੋ ਖੁਸ਼ ਹੈ ਕਿ ਆਪਕੀ ਰਿਪੋਰਟ ਬਿੱਗ ਜਾਏਗੀ ਹਨ 4 ਮਹੀਨੇ 9 ਦਿਨਾਂ ਚ ਹੋ ਗਿਆ ਨੇ ਇਸ ਵਜ੍ਹਾ ਤੋਂ ਹੋ ਗਿਆ ਨੇ ਕਿ ਨਹੀਂ ਸਾਡੀ ਪਹੁੰਚ ਸੀ ਕਮਜ਼ੋਰੀ ਦੀ ਵਜ੍ਹਾ ਤੋਂ 4 ਮਹੀਨੇ 9 ਦਿਨ ਹੋ ਗਏ ਨੇ ਤੇ ਕਮਜ਼ੋਰੀ ਦੀ ਵਈਆਂ ਤੋਂ ਇੰਨੇ ਦਿਨ ਹੋਏ ਨੇ ਨਾ ਅਗਰ ਉਹਨਾਂ ਦੀ ਬਰੋਬਰੀ ਤੇ ਹੁੰਦੇ ਤੇ ਇੰਨੇ ਦਿਨ ਤੋਂ ਨਹੀਂ ਸੀ ਪੈਨੇ ਪਿਛਲੀ 24 ਕੋ ਕਬਰਗਤਾਈ ਹੋਣੀ ਸੀ ਤੋ ਵੇਖ ਗਏ ਨੇ ਤੋ ਫਿਰ ਹੁਣ 4 ਤਰੀਕ ਹੋਈ ਹੈ ਤੋ ਡਰ ਨਹੀਂ ਦਾ ਤੋਰ ਕੀ ਸਾਨੂੰ ਉਹਨ ਸਾਡੀ ਰਿਪੋਰਟ ਨਾ ਵਿਕੇ ਸਾਨੂੰ ਨਸਾਫ ਮਿਲੇ ਜੋ ਸੱਚ ਸਾਡੇ ਸਾਹਮਣੇ ਆ ਜਾਏ ਸਾਡੇ ਦਿਲਾਂ ਨੂੰ ਵੀ ਸਕੂਨ ਹੋ ਜਾਏ ਮੇਰੀ ਮਾਂ ਦੇ ਵੀ ਨਾਲ ਵੀ ਮਰੇ ਨੇ ਪਰ ਸਾਡੇ ਦਿਲਾਂ ਨੂੰ ਸਕੂਨ ਮਿਲ ਜਾਵੇ ਲੇਕਿਨ ਇਹ ਨਾ ਸਾਡੇ ਦਿਲ ਚ ਸਵਾਲ ਹੋਵੇ ਕਿ ਮਾਰੇ ਗਏ ਨੇ ਜੋ ਵੀ ਹੈ ਉਹ ਇਹ ਕਿ ਸਾਡੇ ਸਾਹਮਣੇ ਆ ਜਾ ਜੇ ਅਗਰ ਕੁਝ ਕੀਤਾ ਗਿਆ ਤਾਂ ਵਿੱਕ ਜਾਣ ਦੇ ਉਹ ਅਸੀਂ ਗਰੀਬ ਆ ਨਾਨਕੇ ਜਿਹੜੇ ਸਾਡੇ ਨੇ ਮੀਰ ਨੇ ਅਸੀਂ ਗਰੀਬ ਉਹਨਾਂ ਦੀ ਬਰੋਬਰੀ ਨਹੀਂ ਕਰ ਸਕਦੇ ਅੱਜ ਜੋ ਯਹਾਂ ਤੇ ਆਏ ਆ ਸਾਰੇ ਆਪਕੋ ਉਹ ਲੱਗਦਾ ਹੈ ਕਿ ਇਹ ਇਨਸਾਫ ਦੇ ਮੁਤਾਬਕ ਯਹਾਂ ਤੇ ਕਬਰ ਕੁਸ਼ਾਈ ਕੀਤੀ ਗਈ ਹੈ ਜੋ ਵੀ ਸ਼ਵਾਇਦ ਲੈ ਕੇ ਗਏ ਹਨ ਹਾਂਜੀ ਜੋ ਗੰਡਾ ਸਿੰਘ ਵਾਲੀ ਪੁਲਿਸ ਹੈ ਨਾ ਉਹਨਾਂ ਕੇ ਕੋਈ ਅੰਦਾਜ਼ ਬਦਲੇ ਬਦਲੇ ਸੀ ਅੱਛਾ ਦੂਸਰੇ ਐਸਾ ਕੋਈ ਵੀ ਨਹੀਂ ਸੀ ਕਿ ਜਿਨ੍ਹਾਂ ਦੇ ਕੋਈ ਐਸੇ ਅੰਦਾਜ਼ ਬਦਲੇ ਹੋ ਸਾਡੇ ਨਾਲ ਆਪਣਾ ਪੂਰੀ ਕਾਰਵਾਈ ਜਿਹੜੀ ਕਰ ਰਿਆ ਨੇ ਤੁਸੀਂ ਉਹਨਾਂ ਤੇ ਮਤਫਿਕ ਹੋ ਕਿ ਕਾਰਵਾਈ ਠੀਕ ਹੋ ਰਹੀ ਹੈ ਹਾਂਜੀ ਅਸੀਂ ਠੀਕ ਜੀ ਅਸੀਂ ਠੀਕ ਅਸੀਂ ਇਹਨੂੰ ਬਾਅਸਰ ਨੇ ਪੈਸੇ ਵਾਲੇ ਨੇ ਤੁਸੀਂ ਮਾੜੇ ਹੋ ਇਸ ਵਜ੍ਹਾ ਤੋਂ ਹਾਂਜੀ ਜੀ ਇਸ ਵਈਆ ਤੋਂ ਡਰ ਲੱਗਦਾ ਹੈ ਕਿਉਂਕਿ ਪਿਛਲੀ ਚਵੀ ਕੋ ਨਹੀਂ ਹੋਈ ਤੇ ਵੇਖੇ ਨਾ ਕਿ ਬਹੁਤ ਬੋਲੀਆਂ ਪਾ ਰਹੇ ਨੇ ਨਾਨਕੇ ਮਜ਼ਾਕ ਵਡਾ ਰਹੇ ਨੇ ਰਾਸਤੇ 'ਚ ਗੁਜ਼ਰਨੇ ਆ ਤੇ ਬੜੇ ਮਜ਼ਾਕ ਕਰਦੇ ਨੇ ਤੇ ਬੜੀ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਹੈ ਲੇਕਿਨ ਫਿਰ ਹਾਲ ਕਿ ਸਾਨੂੰ ਇਸ ਵਕਤ ਕੋਈ ਸ਼ਰਮਿੰਦਗੀ ਨਹੀਂ ਕਬਰ ਖਾਈ ਹੋ ਗਈ ਹੈ ਅਗਾ ਅਸੀਂ ਅੱਲਾਹ ਤੇ ਯਕੀਨ ਕਰਨੇ ਆ ਕਿ ਜੋ ਵੀ ਹੋਇਆ ਸਾਡੇ ਸਾਹਮਣੇ ਆਏਗਾ आप उनके उसके सिस्टर है छोटे हाँ, तो बड़ी हूँ। मेरा तो बढ़िया है जी हाँ जी मैं बड़ी तो ये आ, कैसे हुआ था मामला हुआ कैसे था बड़े ज्यादा इंटरव्यू दास चुके हैं कि कर... ਪਤਾ ਨਹੀਂ ਕੀ ਹੋਇਆ ਉਹ ਤਾਂ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਫਿਲਹਾਲ ਤਾਂ ਅਸੀਂ ਸੁਬਾਹ ਅੰਦਰੋਂ ਉਹਨਾਂ ਨੂੰ ਕੱਢ ਲਿਆ ਤਾਂ ਸਾਡੇ ਤਾਂ ਜ਼ਿਹਨ 'ਚ ਆਇਆ ਸੀ ਕਿ ਬੇਹੋਸ਼ ਹੋਏ ਨੇ ਉਹ ਤਾਂ ਬਾਅਦ ਜਦ ਹਸਪੀਟਲ ਲਗਾਇਆ ਤੇ ਪਤਾ ਚੱਲ ਸੰਗਿਆ ਤੇ ਸ਼ਰਾਫਤ ਦੁਨੀਆ ਤੇ ਨਹੀਂ ਹੈ ਉਹ ਤਾਂ ਉਹਨਾਂ ਨੱਕਬਰਖਸ਼ਾਈ ਹੋਈ ਉਹਨ ਪਤਾ ਚੱਲੇਗਾ ਰਿਪੋਰਟ 'ਚ ਕੀ ਹੋਇਆ ਸੀ ਤੁਸੀਂ ਦੇਰ ਕਿਉਂ ਲੱਗੀ ਹੈ ਅੱਜ ਤੱਕ ਇਹ ਦੇਰ ਲੱਗੀ ਸੀ ਕਿ ਜੋ ਇਮਰਾਨ ਭਾਈ ਨਾਲ ਸਾਡੇ ਨਾਨਕੇ ਨੇ मामੂ ਨੇ ਸਾਡੇ ਏਸੀ ਕੇ ਸਾਡੇ ਨਾਨਕੇ ਨੇ ਐਸੀ ਹਰਕਤ ਨਹੀਂ ਕਰ ਸਕਦੇ ਜਿਸ ਟਾਈਮ ਫੌਤ ਹੋਏ ਨੇ ਲੇਕਿਨ ਇੱਥੋਂ ਜਦੋਂ ਅਸੀਂ ਲੈ ਕੇ ਗਏ ਇਹ ਸਾਸ ਜੀ ਲੈ ਕੇ ਗਏ ਆ ਕਿ ਉਹ ਬੇਹੋਸ਼ ਹੋਏ ਨੇ ਬੱਚਾ ਨੇ ਕੁਝ ਐਸਾ ਉਲਟਾ ਪਲਟਾ ਖਾ ਲਿਆ ਤਾਂ ਬੇਹੋਸ਼ ਹੋਏ ਹਸਪੀਟਲ ਲੈ ਕੇ ਗਏ ਉਦੋਂ ਪਤਾ ਚੱਲਿਆ ਕਿ ਫੌਤ ਹੋਏ ਆ ਲੇਕਨ ਮਾਮੂਸੀ ਸਾਡੇ ਸਾਨੂੰ ਉਹਨਾਂ ਤੇ ਐਸਾ ਕੋਈ ਸ਼ੱਕ ਨਹੀਂ ਸੀ ਜਦੋਂ ਅਸੀਂ ਲੈ ਕੇ ਜਦੋਂ ਵਾਪਸ ਲੈ ਕੇ ਇੱਥੇ ਆਏ ਆ ਨਾ ਤੇ ਘਰ ਉਹਨਾਂ ਕਹਿੰਿਆ ਕਿ ਤੁਸੀਂ ਬੱਚੀ ਨੂੰ ਉਧਰ ਨਹੀਂ ਲੈ ਕੇ ਜਾਣਾ ਕਿ ਸਾਡੀ ਬੱਚੀ ਸਾਡੇ ਘਰ ਆਈ ਸਾਡੀ ਮਾਨਤ ਤੇ ਅਸੀਂ ਦਫਨਾਮਨੀ ਸ਼ਰਾਫਤ ਅਲੀ ਦੇ ਨਾਲ ਹੀ ਜਨਾਜ਼ਾ ਜਾਣਾ ਅੱਜ ਤੂਫਾਨ ਔਰ ਬਾਰਿਸ਼ ਬਹੁਤ ਜ਼ਿਆਦਾ ਆਣੀ ਹੈ ਸਾਢੇ 4 ਵਜੇ ਅਸੀਂ ਅੰਦਰੋਂ ਕਾੜਨੇ ਪਏ 9 ਵਜੇ ਅਸੀਂ ਲੈ ਕੇ ਆਣੇ ਪਏ ਕਸੂਰੋ ਵਾਪਸ ਤੇ 2 ਵਜੇ ਉਹਨਾਂ ਜਨਾਜ਼ਾ ਕਰ ਦਿੱਤਾ ਅਸੀਂ ਨਾ ਉਹ ਜਦੋਂ ਉਦੋਂ ਤਾਂ ਸਾਨੂੰ ਬਿਲ ਹਾਲ ਕੇ ਆਪ ਨੂੰ ਹੋਸ਼ ਨਹੀਂ ਸੀ ਕਿ ਐਸਾ ਕੀ ਹੋ ਗਿਆ ਕਿਸ ਤਰ੍ਹਾਂ ਕਿ ਪੂਰੇ ਖੜੇਪੜ ਦੇ ਵਿੱਚ ਜਾਂ ਸਾਡੀ ਖਾਨਦਾਨੀ ਦੇ ਵਿੱਚ ਐਸਾ ਅਸੀਂ ਵਾਕਿਆ ਨਹੀਂ ਸੀ ਵੇਖਿਆ ਅਸੀਂ ਆਨੇ ਸਕੇ ਪਤਾ ਨਹੀਂ ਨਾਨਕੇ मामੂ ਕਹਿ ਰਹੇ ਨੇ ਕਿ ਜੈਨੇਟਰ ਦਾ ਮਸਲਾ ਹੋ ਸਕਦਾ ਜੈਨੇਟਰ ਹੀ ਹੋਵੇ ਲੇਕਿਨ ਜਦੋਂ ਅਸੀਂ ਸਵੇਪਾ ਪੈਣਾ ਦੋਵੇਂ ਪਹਿਲਾਂ ਅਸੀਂ ਗਈਆਂ ਕਮਰੇ ਚ ਤੇ ਜੋ ਸ਼ਰਾਫਤ ਦੀ ਪੈਣੇ ਉਹ ਸਾਡੀ ਭਾਬੀ ਪਹਿਲਾਂ ਉਹ ਉਹਨੇ ਅਸੀਂ ਕਿਹਾ ਕਿ ਭਾਬੀ ਤੂੰ ਦਰਵਾਜ਼ਾ ਖੜਕਾ ਸ਼ਰਾਫਤ ਦਰਵਾਜ਼ਾ ਕਿਉਂ ਨਹੀਂ ਖੋਲ ਰਿਹਾ ਭਾਬੀ ਨੇ ਦਰਵਾਜ਼ਾ ਖੜਕਾਇਆ ਉਹਨੇ ਨਹੀਂ ਖੋਲਿਆ ਛੋਟੀ ਨੇ ਫੋਨ ਕੀਤਾ ਸ਼ਰਾਫਤ ਤਾਂ ਫੋਨ ਨਹੀਂ ਚੁੱਕਿਆ ਤੁਸੀਂ ਇਹ ਮੰਨੋ ਕਿ ਮੀਆਂ ਬੀਵੀ ਐ ਸਵਾਗਰਾ ਤੇ ਉਹਨਾਂ ਦਰਵਾਜ਼ਾ ਲੋਕ ਨਹੀਂ ਸੀ ਕਰਨਾ ਦਰਵਾਜ਼ਾ ਲੋਕ ਨਹੀਂ ਸੀ ਇਹਨੇ ਧੱਕਾ ਮਾਰਿਆ ਦਰਵਾਜ਼ਾ ਖੁੱਲਿਆ ਉਸ ਇੰਜ ਕਰਕੇ ਨਾ ਥੋੜਾ ਜਿਹਾ ਜ਼ੋਰ ਨਾਲ ਧੱਕਾ ਲਾਇਆ ਦਰਵਾਜ਼ਾ ਖੁੱਲ ਗਿਆ ਜਾ ਕੇ ਵੇਖਿਆ ਤੇ ਬੰਦਰ ਅਸੀਂ ਤਾਂ ਇਹ ਸਾਸਟੀ ਕਿਉ ਬੇਹੋਸ਼ ਨੇ ਉਥੋਂ ਲੈ ਕੇ ਵਾਪਸ ਆਏ ਇਹਨਾਂ ਦੀਆਂ ਹਰਕਤਾਂ ਵੇਖ ਕੇ ਕਿ ਫੇਰ ਹਾਲ ਸਾਨੂੰ ਤਾਂ ਪੈਣਾ ਨੂੰ ਛੋਟੀ ਸੀ ਸਾਨੂੰ ਬੜੀ ਪਿਆਰੀ ਸੀ ਤੇ ਸਾਨੂੰ ਤਾਂ ਹੋਸ਼ ਨਹੀਂ ਸੀ ਕਿ ਕੀ ਤੇ ਕਿਸ ਤਰ੍ਹਾਂ ਲੇਕਰ ਪਿੰਡ ਕਹਿਣ ਲੱਗ ਪਿਆ ਸੀ ਅਗਰ ਜਨੇਟਰ ਸੀ ਇੱਕ بے ਹੋਸ਼ ਹੋ ਗਿਆ ਨਾਲੇ ਸ਼ਰਾਫਤ ਬਚਮਨ ਤੋਂ ਲੈ ਕੇ ਤੰਦੂਰ ਤੇ ਕਾਰੋਬਾਰ ਕਰਦਾ ਓਨੂੰ ਤਾਂ ਇਸ ਸਿਲੰਡਰ ਦਾ ਮਸਲਾ ਹੀ ਨਹੀਂ ਹੋ ਸਕਦਾ ਸਵੇਰੋਂ ਲੈ ਕੇ ਦੁਕਾਨ ਖੋਲਦਾ ਹੈ ਸਵੇਰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਉਹ ਸਿਲੰਡਰ 'ਚ ਗੈਸ 'ਚ ਰਹਿੰਦਾ ਹੈ ਅਗਰ ਸਿਲੰਡਰ ਦਾ ਕੋਈ ਗੈਸ ਦਾ ਮਸਲਾ ਹੈ ਤਾਂ ਸ਼ਰਾਫਤ ਨੂੰ ਨਹੀਂ ਹੋ ਸਕਦਾ ਅਸੀਂ ਮੰਨਨੇ ਆ ਬੱਚੀ ਨੂੰ ਹੋ ਸਕਦਾ ਲੇਕਿਨ ਸ਼ਰਾਫਤ ਨੂੰ ਕਿਉਂਕਿ ਬਚਮਨ ਤੋਂ ਲੈ ਕੇ 21-22 ਸਾਲ ਦਾ ਹੋ ਗਿਆ ਉਹ ਕੰਮ ਹੀ ਇਸ ਸਿਲੰਡਰ ਦਾ ਕਰਦਾ ਹੈ ਲੇਕਿਨ ਚਲੋ ਉਹਨਾਂ ਨੂੰ ਜਨਰੇਟਰ ਦਾ ਮਸਲਾ ਬਣਿਆ ਵੀ ਏ ਇੱਕ ਨੂੰ ਹੋ ਜਾਂਦਾ ਦੋ ਦੂਸਰੇ ਨੂੰ ਮਾੜੀ ਮੋਟੀ ਹੋਸ਼ ਹੁੰਦੀ ਦਰਵਾਜ਼ਾ ਖੜਕਾਉਣ ਦੇ ਸਾਰੇ ਤਾਂ ਸਾਹਮਣੇ ਪੈ ਨੇ ਕਿਸੇ ਲੇਕਿਨ ਅਸੀਂ ਉਦੋਂ ਵੀ ਨਹੀਂ ਕੋਈ ਯਕੀਨ ਕੀਤਾ ਉਸ ਤੋਂ ਬਾਅਦ ਜਦੋਂ ਮਾਮੂ ਕਹਿਣ ਲੱਗ ਪਿਆ ਨਾ ਤੂਫਾਨ ਬੜਾ ਆਣਾ ਹੈ بارش ਆਣੀ ਜਲਦੀ ਨਾਲ ਜਨਾਜ਼ਾ ਦੋ ਘੰਟਿਆਂ ਦੇ ਵਿੱਚ ਉਹਨਾਂ ਜਨਾਜ਼ਾ ਕਰ ਦਿੱਤਾ ਉਸ ਤੋਂ ਬਾਅਦ ਔਰਤਾਂ ਜਿਸ ਤਰ੍ਹਾਂ ਦਾ ਤੁਸੀਂ ਚਾਹ ਮਟਮ ਨਹੀਂ ਹੁੰਦਾ ਨਹੀਂ ਹੋਵਨ ਅਸੀਂ ਉੱਥੇ ਲੈ ਕੇ ਗਏ ਆ ਕਿ ਅਸੀਂ ਨਾਲ ਦੋਵੇਂ ਪੈਣਾ ਸਾ ਸਾਡਾ ਮਾਮਾ ਕਹਿੰਦਾ ਹੈ ਕਿ ਜਲਦੀ ਕਰੋ ਜਲਦੀ ਇਹ ਉਹਨਾਂ ਕਿਆ ਕਹਤੋਂ ਹੋ ਗਏ ਨੇ ਤੇ ਮੈਂ ਕਿਹਾ ਖਤ ਮੇਰੀ ਭੈਣ ਤੋਂ ਜ਼ਿੰਦਾ ਹੈ ਐਂਬੂਲੈਂਸ ਆਈ ਮੈਂ ਐਂਬੂਲੈਂਸ ਚ ਨਹੀਂ ਪਾਵਣ ਦਿੱਤਾ ਮੈਂ ਕਾਰ ਚ ਲੈ ਕੇ ਗਈਆਂ ਤੇ ਕਾਰ ਚ ਇੰਜ ਕਰਕੇ ਮੈਂ ਗਲੇ ਲਗਾਈ ਉਸ ਕੋ ਲਟਾਇਆ ਵੀ ਨਹੀਂ ਇੰਜ ਗਲੇ ਲਾਈ ਗੋਦੀ ਚ ਇੰਦੀਆਂ ਨੇ ਲੱਤਾ ਤੇ ਮੇਰੇ ਇੰ ਸੇਰ ਮੈਂ ਗਲੇ ਲਾਇਆ ਤੇ ਉਹਵੇਂ ਜਦੋਂ ਆਇਆ ਨਾ ਫੌਤ ਹੋ ਗਈ ਦੋ ਐਂਬੂਲੈਂਸ ਆ ਗਈਆਂ ਇੱਕ ਚ ਸ਼ਰਾਫਤ ਨੂੰ ਪਾਇਤਾ ਇੱਕ ਨੂੰ ਸ਼ਹਿਜ਼ਾਦੀ ਚ ਪਾਵਣ ਲੱਗੇ ਨੇ ਤੇ ਮੈਂ ਕਿਹਾ ਮੈਂ ਨਹੀਂ ਪਾਵਣ ਦੇਣੀ ਮੈਂ ਉਹਨਾਂ ਜੀ ਗਲੇ ਲਾ ਕੇ ਤਿੰਨ ਜੀ ਦੂਰੀ ਕਾਰ ਤੇ ਕਾਰ ਮਾਸ਼ਾਅੱਲਾ ਸਾਡੇ ਤਰ੍ਹਾਂ ਲੰਬੀ ਸੀ ਮੈਂ ਉਸ ਰਾਈ ਗਲੇ ਲਾ ਕੇ ਨਾ ਤੇ ਕਾਰ ਚ ਬਾ ਲ ਮੋਸਰਾਈ ਕਰਕੇ ਸੀ ਲਾ ਲਈ ਮੇਰਾ मामੂ ਕਹਿੰਦਾ ਹੈ ਕਿ ਜਲਦੀ ਨਾ ਲੈ ਜੋ ਕਹਿੰਦੇ ਨੇ ਪੋਸਟ ਮਾਡਲ ਕਰਨਾ ਹੈ ਭਾਈ ਸਿੱਧੀ ਗੱਲ ਹੈ ਸਾਨੂੰ ਪਤਾ ਹੀ ਨਹੀਂ ਅਸੀਂ ਨਾ ਗੱਲਾਂ ਸੁਣੀਆਂ ਦੀਆਂ ਸੀ ਪੋਸਟ ਮਾਡਲ ਕਰਦੇ ਨੇ ਚੀਰ ਪਾੜ ਕਰਦੇ ਨੇ ਸ਼ਕਲ ਆ ਲੋ ਬਿਹਾਲ ਕਰ ਦਿੰਦੇ ਨੇ ਸਾਡੀ ਭੈਣ ਨਾ ਬੜੀ ਨਾ ਥੋੜੀ ਜਿਹੀ ਆਪਣੀ ਇੱਜ਼ਤ 'ਚ ਬੜੀ ਮਫੂਸ ਸੀ ਇਹਨਾਂ ਚੀਜ਼ਾਂ ਨੂੰ ਬੜਾ ਮਨਾ ਸਮਝਦੀ ਸੀ ਤੇ ਅਸੀਂ ਇਸ ਗੱਲ ਤੋਂ ਹੀ ਡਰ ਕੇ ਪੋਸਟ ਮਾਡਲ ਨਹੀਂ ਕਰਵਾਇਆ ਅਸੀਂ ਨਾ मामਿਆਂ ਤੇ ਯਕੀਨ ਕੀਤਾ ਲੇਕਿਨ मामਿਆਂ ਦੀਆਂ ਹਰਕਤਾਂ ਵੇਖ ਕੇ ਸਾਨੂੰ ਇਹ ਫੀਲ ਹੋਇਆ ਕਿ ਸਾਡੀ ਭੈਣ ਸਾਡਾ ਪਨਵਾਈਆ ਲੇਕਿਨ ਸਾਰੇ ਕਹਿੰਦੇ ਨੇ ਕਿ ਭੈਣ ਦੇ ਇਨਸਾਫ ਨੂੰ ਟੁਰੇ ਨੇ ਅਸੀਂ ਸ਼ਰਾਫਤ ਦੇ ਵੀ ਇਨਸਾਫ ਨੂੰ ਟੁਰੇ ਆ ਸਾਨੂੰ ਭੈਣ ਨਾਲੋਂ ਸ਼ਰਾਫਤ ਜ਼ਿਆਦਾ ਅਜ਼ੀਜ਼ ਸੀ ਉਹ ਯਤਿਮ ਸਾਡੇ ਪੂਵੇ ਤੇ ਭਲਿਆ ਸੀ ਉਹਦੀ ਮਤਰੀ ਮਾਂ ਸੀ ਉਹਨੂੰ ਖਾਣਾ ਨਹੀਂ ਸੀ ਪੋਛਦੀ ਉਹਨੂੰ ਸੰਭਾਲਦੀ ਨਹੀਂ ਸੀ ਇਹ ਸਾਡੀ ਅੰਮੀ ਉਹਦੀ ਫੁੱਫੀ ਸੀ ਵੋਈ ਸੰਭਾਲਦੀ ਸੀ ਲੇਕਿਨ ਸਾਡੂੰ ਭੈਣ ਨਾਲੋਂ ਸ਼ਰਾਫਤ ਜ਼ਿਆਦਾ ਅਜ਼ੀਜ਼ ਸੀ ਤਕਲੀਫ ਭੈਣ ਨਾਲੋਂ ਜ਼ਿਆਦਾ ਸ਼ਰਾਫਤ ਅਲੀ ਦੀ ਲੇਕਿਨ ਪਤਾ ਨਹੀਂ ਦੁਸ਼ਮਨਾ ਨੂੰ ਕੀ ਐਸਾ ਬੁਰਾ ਲੱਗਾ ਏ ਜੇ ਦਾਤ ਖੋ ਲਵੋ ਬੱਚਿਆਂ ਨੂੰ ਘਰ ਨਾ ਦਿਓ ਉਹਨਾਂ ਦੀ ਜਾਨ ਤਾਂ ਨਾ ਲਵੋ ਜੇ ਤੁਹਾਡੇ ਆਪ ਦੇ ਬੱਚੇ ਨਾਲ ਦੁਸ਼ਮਨੀ ਹੋਂਦੀ ਜਾਨ ਲੈ ਲਓ ਸਾਡੀ ਬੱਚੀ ਦਾ ਕੀ ਗਣਾ ਐ ਇਹਨਾਂ ਦੇ ਗੱਲਾਂ ਦੇ ਵਿੱਚ ਅਸੀਂ ਐਸ ਕੰਮ ਨੂੰ ਟੁਰੇ ਹਾਂ ਕਿ ਫੇਰ ਵੀ ਅਸੀਂ ਉਹਨਾਂ ਤੇ ਉਂਗਲੀ ਨਹੀਂ ਬਿਠਾਈ ਨਹੀਂ ਕੋਈ ਸ਼ੱਕ ਨਹੀਂ ਬਾਤ ਨਹੀਂ ਬਾਤ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੋਇਆ ਫਿਰ ਅੱਬੂ ਨੂੰ ਧਮਕੀਆਂ ਲਗਾਉਂਦੇ ਸੀ ਗੱਲਾਂ ਕਰਦੇ ਸੀ ਉਲਟੀਆਂ ਪੁਲਟੀਆਂ ਅਸੀਂ ਫੇਰ ਵੀ ਅਗਰ ਜਾਣਾ ਹੁੰਦਾ ਬੇਮਲੂਮੀ ਜਾ ਕੇ ਪਰਚਾ ਕਰਵਾ ਦਿੰਦੇ ਸ਼ੱਕ ਦੇ ਦੈਰੇ 'ਚ ਅਸੀਂ ਫੇਰ ਵੀ ਨਹੀਂ ਕਰਵਾਇਆ ਫੇਰ ਵੀ ਅਸੀਂ ਪਹਿਲਾਂ ਕਵਰ ਕੀਤਾ ਇਹਨੂੰ ਕਿ ਅਸੀਂ ਪਹਿਲਾਂ ਕੋਈ ਸਬੂਤ ਵੇਖ ਕੇ ਕਿ ਵਾਕਿਆ ਹੀ ਉਹ ਕਿਸੇ ਚੀਜ਼ ਨਾਲ ਦੇ ਕੇ ਮਰੇ ਨੇ ਕਿ ਜਿਵੇਂ ਕਤਲ ਕੀਤੇ ਗਏ ਨੇ ਅਸੀਂ ਇਹ ਤੱਕ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਇਆ ਲੈਕਿਨ ਉਹ ਇਨੇ ਨੇ ਬੱਚੀ ਤੇ ਸਵਾਲ ਬਿਠਾ ਰਹੇ ਨੇ ਕਿ ਸਾਡੀ ਬਰਦਾਸ਼ਤੋਂ ਵੀ ਬਾਹਦੇ ਲੇਕਿਨ ਅੱਜ ਮਾਮਿਆਂ ਨੂੰ ਕੋਈ ਸ਼ਰਮਿੰਦਗੀ ਨਹੀਂ ਕਿ ਸਾਡੀ ਇੱਜ਼ਤ ਸਾਡੀ ਬੱਚੀ ਏ ਉਹਨਾਂ ਨੂੰ ਅੱਜ ਕੋਈ ਸ਼ਰਮਿੰਦਗੀ ਨਹੀਂ ਅਸੀਂ ਉਹਨਾਂ ਦੀ ਸ਼ਰਮਿੰਦਗੀ ਵਾਸਤੇ ਕੀ ਕੀ ਨਹੀਂ ਕੀਤਾ ਕੋਈ ਵੀ ਨਹੀਂ ਆਇਆ ਨਹੀਂ ਕੋਈ ਵੀ ਨਹੀਂ ਆਇਆ ਸਾਡੇ ਤੇ ਕੋਈ ਸਾਸ ਕਿਸੇ ਨੇ ਕੀ ਆਣ ਕੇ ਪੈਣ ਧਿਆਨ ਕੇ ਸਿਰ ਤੇ ਨਹੀਂ ਖੜੇ ਹੋਏ ਵਾਦੀ ਧਮਕੀਆਂ ਲਾਉਂਦੇ ਨੇ ਕੀ ਕਰ ਲਿਆ ਅਜੇ ਇਸ ਤਰ੍ਹਾਂ ਦੀਆਂ ਧਮਕੀਆਂ ਲਾਉਂਦੇ ਨੇ ਕਿ ਕੀ ਕਰ ਲਿਆ ਜੀ ਬੀਸੀ ਬਾਤ ਪਈ ਹੈ ਕਿ ਇਹ ਯਹੀ ਮਾਰੇ ਜੋ ਹੈ ਹਾਂਜੀ ਇਹ ਹੀ ਕਾਤਲ ਨੇ ਯਹੀ ਕਾਤਲ ਨੇ ਆਪ ਕੀ ਕਹਾਂਗੇ ਜੀ ਜੋ ਹੈ ਅਸੀਂ ਤਾਂ ਇਹ ਕਹਿੰਨੇ ਸਾਨੂੰ ਨਿਆਂ ਇਨਸਾਫ ਚਾਹੀਦਾ ਹੈ ਸਾਡੀ ਅਪੀਲ ਲੇ ਕੇ ਸਾਨੂੰ ਇਨਸਾਫ ਦੇਣ ਸਾਡੀ ਰਿਪੋਰਟ ਵਿਕੇ ਨਾ ਅਸੀਂ ਮਾਮਿਆਂ ਦਾ ਇਲਜ਼ਾਮ ਨਹੀਂ ਲਾਉਂਦੇ ਪਰ ਕਤਲ ਤਾਂ ਉਸ ਗਾਰ ਵਿੱਚ ਹੀ ਹੋਏ ਨਾ ਕਤਲ ਤਾਂ ਉਸ ਗਾਰ ਵਿੱਚ ਨਹੀਂ ਕੋਈ ਬਾਹਰੋਂ ਤਾਂ ਨਹੀਂ ਆ ਕੇ ਕਰ ਸਕਦਾ ਤਾਂ ਅਸੀਂ ਕੋਈ ਕਿਸੇ ਦਾ ਨਾਮ ਨਹੀਂ ਲਾਉਂਦੇ ਪਤਾ ਚੱਲੇਗਾ ਰਿਪੋਰਟ ਤੋਂ ਬਾਅਦ ਕਿ ਫਿਰ ਅਸੀਂ ਕਵਾਂਗੇ ਕਿੰਦੇ ਨਾਮ ਸਾਨੂੰ ਕਿੰਦੇ ਤੇ ਸ਼ੱਕ ਹੈ ਜਾਂ ਕਿੰਦੇ ਤੇ ਨਹੀਂ ਫਿਲਹਾਲ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਨਹੀਂ ਐਫ ਆਈ ਆਰ ਵੀ ਨਹੀਂ ਕਰਵਾਈ ਨਹੀਂ ਲੇਕਿਨ ਇਹ ਨਾ ਸਾਨੂੰ ਕੋਈ ਸ਼ਰਮਿੰਦੀ ਅਗਰ ਪਤਾ ਚੱਲ ਜਾਂਦਾ ਕਿ ਉਹ ਕਤਲ ਹੋਏ ਨੇ